ਸਰਤਾਜ ਸਾਹਿਬ ਪਹਿਲੀ ਵਾਰੀ ਵਾਜਾ ਕੋਈ ਚੱਕਿਆ ਸੀ? ਵਾਜਾ ਮੈਂ ਖਰੀਦਿਆ ਸੀਗਾ ਜੀ ਆਪਣੇ ਪੈਸਿਆਂ ਦਾ ਪਹਿਲੀ ਵਾਰੀ, ਬਰਾਊਨ ਰੰਗ ਦਾ, ਮੈਨੂੰ ਰੰਗ ਵੀ ਯਾਦ ਆ ਉਹਦਾ। ਪਹਿਲਾਂ ਮੈਂ ਐਕਚੁਲੀ ਭੰਗੜਾ ਪਾਉਂਦਾ ਹੁੰਦਾ ਸੀ ਜ਼ਿਆਦਾ। ਅੱਛਾ। ਅਤੇ 10th ਦੇ ਵਿੱਚ ਤੋਂ ਲੈ ਕੇ ਪਲੱਸ 2 ਤੱਕ ਅਸੀਂ ਪਿੰਡ ਦੇ ਵਿੱਚ ਆਪਣਾ ਗਰੁੱਪ ਬਣਾ ਲਿਆ ਸੀਗਾ, ਅਤੇ ਢੋਲੀ ਆਉਂਦਾ ਸੀ ਨਾਲ ਦੇ ਪਿੰਡ ਤੋਂ, ਅਸੀਂ ਸ਼ਾਮ ਨੂੰ ਪ੍ਰੈਕਟਿਸ ਕਰਨੀ ਅਤੇ ਪਿੰਡ 'ਚ ਕਿਸੇ ਦਾ ਵੀ ਵਿਆਹ ਆ ਵੈਸੇ ਨੱਚਣ ਚੱਲ ਜਾਣਾ, ਵੀ ਸਾਡੀ ਪ੍ਰੈਕਟਿਸ ਹੋ ਜਾਊਗੀ ਨਾਲੇ ਲੋਕ ਦੇਖ ਲੈਣਗੇ। ਉਹ 'ਚੋਂ ਤੁਹਾਨੂੰ ਥੋੜ੍ਹੇ ਬਹੁਤ ਪੈਸੇ ਵੀ ਦੇ ਦਿੰਦੇ ਸੀ ਲੋਕ, ਵੈਸੇ ਹੀ ਜਿੱਦਾਂ ਵਾਰ ਦਿੰਦੇ। ਉਹ ਪੈਸੇ ਇਕੱਠੇ ਕਰਕੇ ਮੈਂ ਹੁਸ਼ਿਆਰਪੁਰ ਸਿਟੀ ਤੋਂ, ਮੈਨੂੰ ਲੱਗਦਾ 1200 ਰੁਪਏ ਦਾ ਉਦੋਂ ਆਇਆ ਹੁਣ, ਹਰਮੋਨੀਅਮ ਪਹਿਲਾਂ ਖਰੀਦਿਆ ਸੀਗਾ, ਸੋ ਉਦੋਂ ਮੈਨੂੰ ਲੱਗਦਾ ਚੱਕਿਆ ਸੀ। ਉਸ ਟਾਈਮ ਸੁਰ ਵੀ ਨਹੀਂ ਲੱਗਦੇ ਹੁੰਦੇ ਸੀਗੇ, ਅੱਜ ਸੁਰ ਤਾਂ ਰੂਹ 'ਚ ਵੱਜਦੇ ਆ ਤੁਹਾਡੀ। ਹਾਂਜੀ, ਉਹ ਇਨੀਸ਼ੀਅਲ ਸਟੇਜ ਸੀ ਸਿੱਖਣ ਦੇ, ਜਿਹੜੇ ਚਾਅ ਹੁੰਦੇ ਆ। ਸਰਤਾਜ ਸਾਹਿਬ ਪਹਿਲੀ ਵਾਰੀ ਵਾਜਾ ਕੋਈ ਚੱਕਿਆ ਸੀ? ਵਾਜਾ ਮੈਂ ਖਰੀਦਿਆ ਸੀਗਾ ਜੀ ਆਪਣੇ ਪੈਸਿਆਂ ਦਾ ਪਹਿਲੀ ਵਾਰੀ, ਬਰਾਊਨ ਰੰਗ ਦਾ, ਮੈਨੂੰ ਰੰਗ ਵੀ ਯਾਦ ਆ ਉਹਦਾ। ਪਹਿਲਾਂ ਮੈਂ ਐਕਚੁਲੀ ਭੰਗੜਾ ਪਾਉਂਦਾ ਹੁੰਦਾ ਸੀ ਜ਼ਿਆਦਾ। ਅੱਛਾ। ਅਤੇ 10th ਦੇ ਵਿੱਚ ਤੋਂ ਲੈ ਕੇ ਪਲੱਸ 2 ਤੱਕ ਅਸੀਂ ਪਿੰਡ ਦੇ ਵਿੱਚ ਆਪਣਾ ਗਰੁੱਪ ਬਣਾ ਲਿਆ ਸੀਗਾ, ਅਤੇ ਢੋਲੀ ਆਉਂਦਾ ਸੀ ਨਾਲ ਦੇ ਪਿੰਡ ਤੋਂ, ਅਸੀਂ ਸ਼ਾਮ ਨੂੰ ਪ੍ਰੈਕਟਿਸ ਕਰਨੀ ਅਤੇ ਪਿੰਡ 'ਚ ਕਿਸੇ ਦਾ ਵੀ ਵਿਆਹ ਆ ਵੈਸੇ ਨੱਚਣ ਚੱਲ ਜਾਣਾ, ਵੀ ਸਾਡੀ ਪ੍ਰੈਕਟਿਸ ਹੋ ਜਾਊਗੀ ਨਾਲੇ ਲੋਕ ਦੇਖ ਲੈਣਗੇ। ਉਹ 'ਚੋਂ ਤੁਹਾਨੂੰ ਥੋੜ੍ਹੇ ਬਹੁਤ ਪੈਸੇ ਵੀ ਦੇ ਦਿੰਦੇ ਸੀ ਲੋਕ, ਵੈਸੇ ਹੀ ਜਿੱਦਾਂ ਵਾਰ ਦਿੰਦੇ। ਉਹ ਪੈਸੇ ਇਕੱਠੇ ਕਰਕੇ ਮੈਂ ਹੁਸ਼ਿਆਰਪੁਰ ਸਿਟੀ ਤੋਂ, ਮੈਨੂੰ ਲੱਗਦਾ 1200 ਰੁਪਏ ਦਾ ਉਦੋਂ ਆਇਆ ਹੁਣ, ਹਰਮੋਨੀਅਮ ਪਹਿਲਾਂ ਖਰੀਦਿਆ ਸੀਗਾ, ਸੋ ਉਦੋਂ ਮੈਨੂੰ ਲੱਗਦਾ ਚੱਕਿਆ ਸੀ। ਉਸ ਟਾਈਮ ਸੁਰ ਵੀ ਨਹੀਂ ਲੱਗਦੇ ਹੁੰਦੇ ਸੀਗੇ, ਅੱਜ ਸੁਰ ਤਾਂ ਰੂਹ 'ਚ ਵੱਜਦੇ ਆ ਤੁਹਾਡੀ। ਹਾਂਜੀ, ਉਹ ਇਨੀਸ਼ੀਅਲ ਸਟੇਜ ਸੀ ਸਿੱਖਣ ਦੇ, ਜਿਹੜੇ ਚਾਅ ਹੁੰਦੇ ਆ। ਸਰਤਾਜ ਸਾਹਿਬ ਪਹਿਲੀ ਵਾਰੀ ਵਾਜਾ ਕੋਈ ਚੱਕਿਆ ਸੀ? ਵਾਜਾ ਮੈਂ ਖਰੀਦਿਆ ਸੀਗਾ ਜੀ ਆਪਣੇ ਪੈਸਿਆਂ ਦਾ ਪਹਿਲੀ ਵਾਰੀ, ਬਰਾਊਨ ਰੰਗ ਦਾ, ਮੈਨੂੰ ਰੰਗ ਵੀ ਯਾਦ ਆ ਉਹਦਾ। ਪਹਿਲਾਂ ਮੈਂ ਐਕਚੁਲੀ ਭੰਗੜਾ ਪਾਉਂਦਾ ਹੁੰਦਾ ਸੀ ਜ਼ਿਆਦਾ। ਅੱਛਾ। ਅਤੇ 10th ਦੇ ਵਿੱਚ ਤੋਂ ਲੈ ਕੇ ਪਲੱਸ 2 ਤੱਕ ਅਸੀਂ ਪਿੰਡ ਦੇ ਵਿੱਚ ਆਪਣਾ ਗਰੁੱਪ ਬਣਾ ਲਿਆ ਸੀਗਾ, ਅਤੇ ਢੋਲੀ ਆਉਂਦਾ ਸੀ ਨਾਲ ਦੇ ਪਿੰਡ ਤੋਂ, ਅਸੀਂ ਸ਼ਾਮ ਨੂੰ ਪ੍ਰੈਕਟਿਸ ਕਰਨੀ ਅਤੇ ਪਿੰਡ 'ਚ ਕਿਸੇ ਦਾ ਵੀ ਵਿਆਹ ਆ ਵੈਸੇ ਨੱਚਣ ਚੱਲ ਜਾਣਾ, ਵੀ ਸਾਡੀ ਪ੍ਰੈਕਟਿਸ ਹੋ ਜਾਊਗੀ ਨਾਲੇ ਲੋਕ ਦੇਖ ਲੈਣਗੇ। ਉਹ 'ਚੋਂ ਤੁਹਾਨੂੰ ਥੋੜ੍ਹੇ ਬਹੁਤ ਪੈਸੇ ਵੀ ਦੇ ਦਿੰਦੇ ਸੀ ਲੋਕ, ਵੈਸੇ ਹੀ ਜਿੱਦਾਂ ਵਾਰ ਦਿੰਦੇ। ਉਹ ਪੈਸੇ ਇਕੱਠੇ ਕਰਕੇ ਮੈਂ ਹੁਸ਼ਿਆਰਪੁਰ ਸਿਟੀ ਤੋਂ, ਮੈਨੂੰ ਲੱਗਦਾ 1200 ਰੁਪਏ ਦਾ ਉਦੋਂ ਆਇਆ ਹੁਣ, ਹਰਮੋਨੀਅਮ ਪਹਿਲਾਂ ਖਰੀਦਿਆ ਸੀਗਾ, ਸੋ ਉਦੋਂ ਮੈਨੂੰ ਲੱਗਦਾ ਚੱਕਿਆ ਸੀਗਾ। ਉਸ ਟਾਈਮ ਸੁਰ ਵੀ ਨਹੀਂ ਲੱਗਦੇ ਹੁੰਦੇ ਸੀਗੇ, ਅੱਜ ਸੁਰ ਤਾਂ ਰੂਹ 'ਚ ਵੱਜਦੇ ਆ ਤੁਹਾਡੀ। ਹਾਂਜੀ, ਉਹ ਇਨੀਸ਼ੀਅਲ ਸਟੇਜ ਸੀ ਸਿੱਖਣ ਦੇ, ਜਿਹੜੇ ਚਾਅ ਹੁੰਦੇ ਆ। ਸਰਤਾਜ ਸਾਹਿਬ ਪਹਿਲੀ ਵਾਰੀ ਵਾਜਾ ਕੋਈ ਚੱਕਿਆ ਸੀ? ਵਾਜਾ ਮੈਂ ਖਰੀਦਿਆ ਸੀਗਾ ਜੀ ਆਪਣੇ ਪੈਸਿਆਂ ਦਾ ਪਹਿਲੀ ਵਾਰੀ, ਬਰਾਊਨ ਰੰਗ ਦਾ, ਮੈਨੂੰ ਰੰਗ ਵੀ ਯਾਦ ਆ ਉਹਦਾ। ਪਹਿਲਾਂ ਮੈਂ ਐਕਚੁਲੀ ਭੰਗੜਾ ਪਾਉਂਦਾ ਹੁੰਦਾ ਸੀ ਜ਼ਿਆਦਾ। ਅੱਛਾ। ਅਤੇ 10th ਦੇ ਵਿੱਚ ਤੋਂ ਲੈ ਕੇ ਪਲੱਸ 2 ਤੱਕ ਅਸੀਂ ਪਿੰਡ ਦੇ ਵਿੱਚ ਆਪਣਾ ਗਰੁੱਪ ਬਣਾ ਲਿਆ ਸੀਗਾ, ਅਤੇ ਢੋਲੀ ਆਉਂਦਾ ਸੀ ਨਾਲ ਦੇ ਪਿੰਡ ਤੋਂ, ਅਸੀਂ ਸ਼ਾਮ ਨੂੰ ਪ੍ਰੈਕਟਿਸ ਕਰਨੀ ਅਤੇ ਪਿੰਡ 'ਚ ਕਿਸੇ ਦਾ ਵੀ ਵਿਆਹ ਆ ਵੈਸੇ ਨੱਚਣ ਚੱਲ ਜਾਣਾ, ਵੀ ਸਾਡੀ ਪ੍ਰੈਕਟਿਸ ਹੋ ਜਾਊਗੀ ਨਾਲੇ ਲੋਕ ਦੇਖ ਲੈਣਗੇ। ਉਹ 'ਚੋਂ ਤੁਹਾਨੂੰ ਥੋੜ੍ਹੇ ਬਹੁਤ ਪੈਸੇ ਵੀ ਦੇ ਦਿੰਦੇ ਸੀ ਲੋਕ, ਵੈਸੇ ਹੀ ਜਿੱਦਾਂ ਵਾਰ ਦਿੰਦੇ। ਉਹ ਪੈਸੇ ਇਕੱਠੇ ਕਰਕੇ ਮੈਂ ਹੁਸ਼ਿਆਰਪੁਰ ਸਿਟੀ ਤੋਂ, ਮੈਨੂੰ ਲੱਗਦਾ 1200 ਰੁਪਏ ਦਾ ਉਦੋਂ ਆਇਆ ਹੁਣ, ਹਰਮੋਨੀਅਮ ਪਹਿਲਾਂ ਖਰੀਦਿਆ ਸੀਗਾ, ਸੋ ਉਦੋਂ ਮੈਨੂੰ ਲੱਗਦਾ ਚੱਕਿਆ ਸੀ। ਉਸ ਟਾਈਮ ਸੁਰ ਵੀ ਨਹੀਂ ਲੱਗਦੇ ਹੁੰਦੇ ਸੀਗੇ, ਅੱਜ ਸੁਰ ਤਾਂ ਰੂਹ 'ਚ ਵੱਜਦੇ ਆ ਤੁਹਾਡੀ। ਹਾਂਜੀ, ਉਹ ਇਨੀਸ਼ੀਅਲ ਸਟੇਜ ਸੀ ਸਿੱਖਣ ਦੇ, ਜਿਹੜੇ ਚਾਅ ਹੁੰਦੇ ਆ। ਸਰਤਾਜ ਸਾਹਿਬ ਪਹਿਲੀ ਵਾਰੀ ਵਾਜਾ ਕੋਈ ਚੱਕਿਆ ਸੀ? ਵਾਜਾ ਮੈਂ ਖਰੀਦਿਆ ਸੀਗਾ ਜੀ ਆਪਣੇ ਪੈਸਿਆਂ ਦਾ ਪਹਿਲੀ ਵਾਰੀ, ਬਰਾਊਨ ਰੰਗ ਦਾ, ਮੈਨੂੰ ਰੰਗ ਵੀ ਯਾਦ ਆ ਉਹਦਾ। ਪਹਿਲਾਂ ਮੈਂ ਐਕਚੁਲੀ ਭੰਗੜਾ ਪਾਉਂਦਾ ਹੁੰਦਾ ਸੀ ਜ਼ਿਆਦਾ। ਅੱਛਾ। ਅਤੇ 10th ਦੇ ਵਿੱਚ ਤੋਂ ਲੈ ਕੇ ਪਲੱਸ 2 ਤੱਕ ਅਸੀਂ ਪਿੰਡ ਦੇ ਵਿੱਚ ਆਪਣਾ ਗਰੁੱਪ ਬਣਾ ਲਿਆ ਸੀਗਾ, ਅਤੇ ਢੋਲੀ ਆਉਂਦਾ ਸੀ ਨਾਲ ਦੇ ਪਿੰਡ ਤੋਂ, ਅਸੀਂ ਸ਼ਾਮ ਨੂੰ ਪ੍ਰੈਕਟਿਸ ਕਰਨੀ ਅਤੇ ਪਿੰਡ 'ਚ ਕਿਸੇ ਦਾ ਵੀ ਵਿਆਹ ਆ ਵੈਸੇ ਨੱਚਣ ਚੱਲ ਜਾਣਾ, ਵੀ ਸਾਡੀ ਪ੍ਰੈਕਟਿਸ ਹੋ ਜਾਊਗੀ ਨਾਲੇ ਲੋਕ ਦੇਖ ਲੈਣਗੇ। ਉਹ 'ਚੋਂ ਤੁਹਾਨੂੰ ਥੋੜ੍ਹੇ ਬਹੁਤ ਪੈਸੇ ਵੀ ਦੇ ਦਿੰਦੇ ਸੀ ਲੋਕ, ਵੈਸੇ ਹੀ ਜਿੱਦਾਂ ਵਾਰ ਦਿੰਦੇ। ਉਹ ਪੈਸੇ ਇਕੱਠੇ ਕਰਕੇ ਮੈਂ ਹੁਸ਼ਿਆਰਪੁਰ ਸਿਟੀ ਤੋਂ, ਮੈਨੂੰ ਲੱਗਦਾ 1200 ਰੁਪਏ ਦਾ ਉਦੋਂ ਆਇਆ ਹੁਣ, ਹਰਮੋਨੀਅਮ ਪਹਿਲਾਂ ਖਰੀਦਿਆ ਸੀਗਾ, ਸੋ ਉਦੋਂ ਮੈਨੂੰ ਲੱਗਦਾ ਚੱਕਿਆ ਸੀਗਾ। ਉਸ ਟਾਈਮ ਸੁਰ ਵੀ ਨਹੀਂ ਲੱਗਦੇ ਹੁੰਦੇ ਸੀਗੇ, ਅੱਜ ਸੁਰ ਤਾਂ ਰੂਹ 'ਚ ਵੱਜਦੇ ਆ ਤੁਹਾਡੀ। ਹਾਂਜੀ, ਉਹ ਇਨੀਸ਼ੀਅਲ ਸਟੇਜ ਸੀ ਸਿੱਖਣ ਦੇ, ਜਿਹੜੇ ਚਾਅ ਹੁੰਦੇ ਆ।